ਕਦੋਂ ਲਾਸਟ ਉਹਦੇ ਬਾਰੇ ਜਦੋਂ ਗੱਲ ਹੋਈ ਸੀ? ਆਖਰੀ ਵਾਰ ਜਦੋਂ ਬੇਟੇ ਨਾਲ ਗੱਲ ਹੋਈ ਹੈ ਕੀ ਕਿਸ ਤਰ੍ਹਾਂ ਦਾ ਕੁਝ ਸੀਗਾ, ਕੀ ਗੱਲ ਹੋਈ ਸੀ? ਤਿੰਨ ਚਾਰ ਤਰੀਕ ਨੂੰ ਗੱਲ ਹੋਈ ਸੀ, ਮੈਨੂੰ ਵੀਰ ਦੇ ਵਿਆਹ ਚ ਨੀ ਆਉਣਾ, ਉਹਦਾ ਵਿਆਹ ਤੁਸੀਂ ਕਰ ਲਓ, ਮੈਂ ਆਪਣੀ ਭੈਣ ਦਾ ਵਿਆਹ ਕਰੂੰਗਾ ਆ ਕੇ ਅਗਲੇ ਸਾਲ। ਬੇਟਾ ਕਦੋਂ ਗਿਆ ਸੀਗਾ ਬਾਹਰ? ਜਨਵਰੀ 15 ਦੇ ਵਿੱਚ। ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਹਾਦਸਾ ਵਾਪਰਿਆ? ਬੇਟੇ ਮੇਰੇ ਨੂੰ ਦੱਸਿਆ ਵੀ ਉਹਨੂੰ ਅਟੈਕ ਹੋਇਆ ਸੀ। ਪਰਿਵਾਰ ਨਾਲ ਬੇਟਾ ਪਹੁੰਚਿਆ, ਛੋਟਾ ਬੇਟਾ ਗਿਆ ਮੇਰਾ ਉੱਥੇ ਕੈਨੇਡਾ, ਕੈਨੇਡਾ ਤੋਂ ਅਮੈਰੀਕਾ ਗਿਆ, ਉਹ ਘੰਟਾ ਕੁ ਪਹਿਲਾਂ ਪਹੁੰਚਿਆ ਉੱਥੇ। ਉੱਥੇ ਸਾਡੀ ਫੈਮਿਲੀ ਮੈਂਬਰ ਵੀ ਹੈਗੇ ਨੇ, ਥੋੜ੍ਹੇ ਜਿਹੇ ਵੀ ਹੈਗੇ, ਉਹ ਸਲਾਹ ਕਰਕੇ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਚ ਕੇ, ਉਹਦੇ ਗੱਡੀ ਦਾ ਜਦੋਂ ਐਕਸੀਡੈਂਟ ਹੋਇਆ ਨਾ, ਉਹਦੇ ਕਰਕੇ ਫਿਰ ਉੱਥੋਂ ਸਲਾਹ ਕਰਕੇ ਦੱਸਣ ਕਿ ਕਿੱਦਾਂ ਹੋ ਸਕਦਾ। ਤੁਹਾਡਾ ਕੀ ਨਾਮ? ਸੁਖਦੇਵ। ਤੁਹਾਡਾ ਕੀ ਲੱਗਦਾ? ਮੇਰਾ ਭਤੀਜਾ। ਕਦੋਂ ਕਿਸ ਦਾ ਪਤਾ ਲੱਗਾ, ਕੀ ਹੋਇਆ ਸੀ? ਇੱਕ ਦੋ ਤਿੰਨ ਦਿਨ ਹੋਇਆ ਫੋਨ ਆਇਆ ਸੀਗਾ, ਮੈਂ ਵੀ ਕੋਲ ਹੀ ਸੀਗਾ, ਗੱਲਾਂ ਬਾਤਾਂ ਕੀਤੀਆਂ ਅਸੀਂ। ਮੈਂ ਕਿਹਾ ਤੂੰ ਆ ਜਾ ਅਤੇ ਤੇਰਾ ਵਿਆਹ ਕਰੀਏ। ਮੈਨੂੰ ਕਹਿੰਦਾ ਭਾਪਾ ਮੈਂ ਆ ਜਾਂਗਾ, ਮੇਰੇ ਡੈਡੀ ਨੂੰ ਆਖੋ ਮੈਨੂੰ ਇੱਥੇ ਛੁੱਟੀ ਦਵਾਵੇ ਅਤੇ ਮੈਂ ਆ ਜਾਂਗਾ। ਮੈਨੂੰ ਦਿਲਾਸਾ ਦਿੱਤਾ ਉਹਨੇ ਕਿ ਮੈਂ ਜ਼ਰੂਰ ਆਵਾਂਗਾ। ਅਤੇ ਫਿਰ ਤੋਂ ਬਾਅਦ ਬਹੁਤਾ ਚਿਰ ਮੈਂ ਗੱਲ ਨਹੀਂ ਕਰ ਸਕਦਾ, ਬਿਮਾਰ ਰਹਿੰਦਾ ਮੈਂ, ਗੱਲਾਂ ਬਾਤਾਂ ਕਰਕੇ ਮੈਂ ਆਪਣੀ ਮਾਤਾ ਨੂੰ ਬੜਾ ਦਿੱਤਾ, ਹੱਸਦਾ ਬੜਾ, ਪਾਪਾ ਤੂੰ ਤਕੜਾ ਅਜੇ, ਕਈ ਗੱਲਾਂ ਕੀਤੀਆਂ ਉਹਨੇ। ਮੈਂ ਕਿਹਾ ਮੈਂ ਬਜ਼ੁਰਗ ਹੋ ਗਿਆ, ਮੈਂ ਚਲੇ ਜਾਣਾ ਅਤੇ ਤੁਸੀਂ ਹੁਣ ਵਿਆਹ ਵੀ ਤੁਹਾਡੇ ਹੋ ਜਾਣਾ। ਅਤੇ ਉਹ ਕਹਿੰਦਾ ਨਹੀਂ ਉਹ ਨਹੀਂ ਜਾਂਦਾ, ਮੈਂ ਆ ਜਾਣਾ, ਮਿਲਾਂਗਾ ਜੇ ਤੈਨੂੰ। ਉਸ ਤੋਂ ਬਾਅਦ ਹੱਸਦਾ ਰਿਹਾ, ਹੱਸਦਾ ਮੈਂ ਵੀ ਬੰਦ ਕਰਤਾ, ਪਤਾ ਨਹੀਂ ਸੁਣਿਆ ਜਾਂਦਾ, ਕੰਮ ਲੱਗਾ ਸੀ ਮਿਸਤਰੀਆਂ ਦਾ, ਮੈਂ ਉੱਥੇ ਲੱਗਿਆ ਘਰ। ਬਹੁਤ ਚੰਗਾ ਬੱਚਾ, ਆਪਣੇ ਹੱਥਾਂ ਨਾਲ ਕਢਾਇਆ, ਉਹ ਜਦ ਆਉਂਦੀ ਹੈ ਮੈਨੂੰ ਉੱਦਾਂ ਹੀ ਮਿੰਟ ਬਾਅਦ ਆਪਾਂ ਦੂਜੇ ਦੇ ਵੱਜਦੇ ਹੀ ਨਹੀਂ ਸੀ, ਅਸੀਂ ਇਕੱਠਾ ਹੀ ਘਰ ਸੀਗਾ, ਲੋਕਾਂ ਦੇ ਨਹੀਂ ਸੀ ਸੰਸਕਾਰ। ਹੁਣ ਭਤੀਜਾ ਛੋਟਾ ਮੇਰਾ ਸੀਗਾ ਕੈਨੇਡਾ, ਉਹ ਹੁਣ ਗਿਆ, ਉਹ
ਤੇ ਪਹੁੰਚ ਗਿਆ। ਚਲੋ ਜੋ ਲੋਕ ਉੱਥੋਂ ਡਿਸੀਜ਼ਨ ਲੈਣਗੇ, ਰਿਸ਼ਤੇਦਾਰ ਵੀ ਉੱਥੇ ਹੈਗੇ ਆ ਜਿਨ੍ਹਾਂ ਨੇ ਉਹਨੂੰ ਸਾਂਭਿਆ ਹੋਇਆ ਸੀਗਾ, ਦੇਖੋ ਹੁਣ ਉਹ ਉਡੀਕ ਕਰ ਰਹੇ ਹੈ ਕੀ ਸੁਨੇਹਾ ਹੁੰਦਾ ਆ। ਇੱਥੇ ਵੀ ਸਾਰੀ ਲਗਤਾਂ ਦੀ ਕੁਛ ਨਹੀਂ ਦੱਸਣ ਜੋ ਪਿਆ ਜੀ, ਜਦੋਂ ਸਾਨੂੰ ਪਤਾ ਹੀ ਨਹੀਂ ਗਾ ਉਹ, ਹੁਣ ਉਹਨੇ ਦੱਸਣਾ ਅਤੇ ਅਸੀਂ ਸਾਰਿਆਂ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ। ਬੜਾ ਹੀ ਹੋਣਹਾਰ ਖੁਸ਼ ਦਿਲ ਮਿਜਾਜ ਦਾ ਉਹ ਲੜਕਾ ਸੀ ਗੁਰਭੇਜ ਸਿੰਘ, ਔਰ ਇੱਕ ਵਧੀਆ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਵਰਕ ਪਰਮਿਟ 'ਤੇ ਅਮਰੀਕਾ ਗਿਆ ਸੀ 2015 ਦੇ ਵਿੱਚ, ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ। ਵਿੱਚ ਕਿਤੇ ਇੱਕ ਸੱਟ ਚੋਟ ਉਹਦੇ ਲੱਗ ਗਈ ਸੀ, ਪਰ ਉਹ ਸੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ 'ਚ। ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ, ਅਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ, ਅਤੇ ਬੜੀ ਦੁਖਦਾਈ ਘਟਨਾ ਹੋਈ ਹੈ, ਪਰਿਵਾਰ ਲਈ ਅਸਹਿਣ ਘਟਨਾ ਹੈ, ਨਹੀਂ ਸਹਿਆ ਜਾਂਦਾ। ਔਰ ਬੱਚੇ ਅਸੀਂ ਬਾਹਰ ਭੇਜਦੇ ਹਾਂ ਕਮਾਈਆਂ ਕਰਨ ਵਾਸਤੇ, ਪਰ ਜਦੋਂ ਵਾਪਸ ਨਹੀਂ ਮੁੜਦੇ ਤਾਂ ਇਹ ਬੜਾ ਵੱਡਾ ਘੱਟ ਹੈ। ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇੱਧਰ ਰੁਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਇਹੋ ਜਿਹੀਆਂ ਨਾ ਸ਼ਿਕਾਰ ਹੋਣ ਘਟਨਾਵਾਂ ਦਾ।